ਹਾਲੇ ਲਾਲ ਚੂੜੇ ਦਾ ਚਾਹ ਵੀ ਨਹੀਂ ਸੀ ਲੱਥੇ ਆ ਕੇ ਪਹਿਲਾਂ ਹੀ ਕਰ ਲਈ ਖੁਦਕੁਸ਼ੀ। ਇਹਨਾਂ ਦੀ ਵਾਰੀ ਆ ਜਿਹੜਾ ਨੂੰ ਦੇਣਾ ਵੀਡੀਓ ਪੂਰੀ ਐਂਡ ਤੱਕ ਦੇਖਣੀ ਹੈ, ਸਕਿਪ ਨਹੀਂ ਕਿਸੇ ਨੇ ਵੀ ਕਰਨੀ। ਫਿਰ ਕਹਿੰਦੇ ਜੀ ਰੋਮੀ ਗਾਲਾਂ ਬੜੀਆਂ ਗੰਦੀਆਂ ਕੱਢਦਾ, ਬਣੇ ਰਹੋ ਐਂਡ ਤੱਕ। ਰੋਮੀ ਦਾ ਸੁਭਾਅ ਬੜਾ ਗਰਮ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਅਤੇ ਮੇਰੀਆਂ ਭੈਣਾਂ ਨੂੰ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ, ਅਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਦਾ, ਬਹੁਤ ਬਹੁਤ ਧੰਨਵਾਦ। ਅਤੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਚੈਨਲ ਸਬਸਕ੍ਰਾਈਬ ਕੀਤਾ, ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ। ਅਤੇ ਜਿਨ੍ਹਾਂ ਨੇ ਅਜੇ ਤੱਕ ਇੰਸਟਾਗ੍ਰਾਮ 'ਤੇ ਵੀ ਮੈਨੂੰ ਫੋਲੋ ਨਹੀਂ ਕੀਤਾ, ਅਤੇ ਇਹ ਮੇਰੀ ਇੰਸਟਾਗ੍ਰਾਮ ID ਹੈ, ਇਹ ਵੀ ਫੋਲੋ ਕਰ ਲਿਓ। ਇੱਥੇ ਖੁੱਲ੍ਹਾ ਹੀ ਕੰਮ ਚੱਲਦਾ, ਯੂਟਿਊਬ 'ਤੇ ਇਸ ਪਲੇਟਫਾਰਮ 'ਤੇ ਥੋੜ੍ਹਾ ਜਿਹਾ ਸੋਚ ਕੇ ਚੱਲਣਾ ਪੈਂਦਾ ਵੀ ਗਾਲ ਗੂਲ ਜ਼ਿਆਦਾ ਗੰਦੀ ਨਾ ਨਿਕਲ ਜੇ। ਥੋੜ੍ਹਾ ਬਹੁਤਾ ਤਾਂ ਚੱਲਦਾ, ਛੋਲਾ ਤੋਲੋ, ਥੋੜ੍ਹਾ ਬਹੁਤਾ ਚੱਲ ਜਾਂਦਾ, ਪਰ ਜ਼ਿਆਦਾ ਛੋਲਾ ਨਹੀਂ ਇੱਥੇ ਤੋਲ ਸਕਦੇ ਆਪਾਂ, ਕਿਉਂਕਿ ਫਿਰ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ। ਅਤੇ ਇਸ ਕਰਕੇ ਇਹ ਇੰਸਟਾਗ੍ਰਾਮ ਆਪਾਂ ਰੱਖਿਆ ਤਾਂ ਇਸ ਕਰਕੇ ਹੈ, ਇੱਥੇ ਪੂਰਾ ਛੋਲਾ ਤੋਲੀ ਦਾ ਕੋਈ ਟੈਨਸ਼ਨ ਨਹੀਂ ਹੈ, ਠੀਕ ਹੈ। ਜਗ੍ਹਾ ਤੇਰੀ ਟਾਈਮ ਤੇਰਾ ਦਾਗ ਮੇਰੀ ਵਹਿਮ ਤੇਰਾ ਉਹ ਰਹੀ ਖੜਾ ਬਸੀ ਉੱਥੇ ਜੱਟ ਕੱਟੂ ਆਣ ਕੇ। ਲੱਖ ਦੀ ਲਾਨਤ ਹੈ ਤੇਰੇ ਮੂੰਹ ਤੇ ਉਹ ਰਹੀ ਖੜਾ ਬਸੀ ਉੱਥੇ ਜੱਟ ਕੱਟੂ ਆਣ ਕੇ। ਤੂੰ ਅੱਧਾ ਕਰ ਥੋੜਾ ਟਾਈਮ ਕੱਢ ਤੇ ਨਲਕਾ ਘੇੜ, ਉਹਦੇ ਵਿੱਚ ਥੋੜਾ ਕੁ ਪਾਣੀ ਕੱਢ ਨੱਕ, ਤੇ ਕਿਸੇ ਚਪਣੀ ਚ ਪਾ ਕੇ ਨੱਕ ਡੋਬ ਕੇ ਤੇ ਮਰ ਜਾ। ਹੈ ਕੋਈ ਸ਼ਰਮ, ਹੈ ਕੋਈ ਸ਼ਰਮ। ਵੇਖੋ ਆਹ ਆਪਣਾ ਪੰਜਾਬ ਆ, ਇਹ ਪੰਜਾਬ ਦੇ ਵੇਖੋ ਸਾਡੇ ਇੱਥੋਂ ਦੇ ਲਾਂਤੀ ਕੀ ਕਰਨ ਡੇ ਆ। ਆਹ ਵੇਖੋ ਬੁੱਢਾ ਹੋਇਆ ਦਾ ਇਹ ਦਾੜਾ, ਵੇਖੋ ਪੱਗ ਬੰਨੀ ਤੇ ਕੋਈ ਸ਼ਰਮ ਨਹੀਂ ਹੈ। ਆਪ ਤੇ ਟੁੱਚੀਆਂ ਹਰਕਤਾਂ ਕਰਨ ਨਹੀਂ ਡਿਆ ਨਾਲ ਆਪਣੀ ਨਾਲ, ਹੁਣ ਪਤਾ ਨਹੀਂ ਆ ਕੌਣ ਆ, ਮਾਈ ਜੀ ਆ, ਜਿਹੜਾ ਜਾਦੂ ਜਿਹਾ ਨਾਲ ਕੌਣ ਹੈ, ਚਲੋ ਉਹਦਾ ਕੀ ਕਸੂਰ ਹੈ ਵੈਸੇ, ਪਰ ਨਾਲ ਉਹਨੂੰ ਵੀ ਰਲਾ ਲਿਆ। ਤੈਨੂੰ ਇਕੱਲੇ ਨੂੰ ਲਾਨਤਾਂ ਪੈਂਦੀਆਂ ਸੀ, ਹੁਣ ਉਹਨੂੰ ਵੀ ਨਾਲ। ਲੱਖ ਲਾਨਤ ਆ ਯਾਰ ਇਹੋ ਜਿਹੇ ਲੋਕਾਂ ਤੇ ਜਿਹੜੇ ਆਪਣੇ ਸਮਾਜ ਦੇ ਵਿੱਚ ਵੇਖੋ ਕੀ ਕਰ ਰਹੇ ਆ ਯਾਰ, ਮਤਲਬ ਸੋਸ਼ਲ ਮੀਡੀਆ ਦੇ ਪਾਗਲ ਹੀ ਹੋ ਗਏ ਨੇ, ਵਿਊਜ਼ ਲਾਈਕਸ ਦੇ ਚੱਕਰ ਦੇ ਵਿੱਚ ਕਿੱਥੋਂ ਤੱਕ ਦੁਨੀਆ ਡਿੱਗ ਚੁੱਕੀ ਹੈ। ਬੁੱਢੇ ਹੋ ਗਏ, ਮਰਨ ਵਾਲਾ ਹੋ ਗਿਆ ਵਾ, ਪਰ ਸ਼ਰਮ ਨਹੀਂ ਅਜੇ ਤੱਕ ਵੀ ਆਈ। ਵੀ ਤੂੰ ਕਮ ਸੇ ਕਮ ਤੈਨੂੰ ਹੋਰ ਤੇ ਕੋਈ ਸ਼ਰਮ ਨਹੀਂ ਆ, ਚੱਲ ਤੇ ਇੱਕ ਪੱਗ ਦੀ ਸ਼ਰਮ ਤੇ ਕਰ ਲਾ ਬੁੱਢਿਆ, ਥੋੜ੍ਹੀ ਬਹੁਤੀ ਸ਼ਰਮ ਕਰ ਲਾ। ਇਹ ਸਿਰ ਤੇ ਪੱਗ ਬੰਨੀ ਹੈ, ਇਹ ਪਤਾ ਕਿਹੜੀਆਂ ਕੁਰਬਾਨੀਆਂ ਨਾਲ ਮਿਲੀ, ਪਰ ਤੁਹਾਨੂੰ ਨਹੀਂ ਕਦਰ, ਇਹਨਾਂ ਲੋਕਾਂ ਨੂੰ ਨਹੀਂ ਕਦਰ। ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਨਾ ਹੋਰ ਵੀ ਜਿਹੜੇ ਬਦਨਾਮ ਹੋ ਰਹੇ ਆ ਨਾ, ਜਿਹੜੇ ਸਰਦਾਰ ਨੇ, ਜਿਹੜੇ ਪੱਗ ਬੰਨੀ ਜਿਹਨਾਂ ਨੇ, ਆਪਾਂ ਨੂੰ ਵੇਖ ਕੇ ਨਾ ਮੈਨੂੰ ਵੇਖ ਕੇ ਸ਼ਰਮ ਆ ਗਈ ਸਾਰੀ। ਪਰ ਕਿੱਦਾਂ ਦੇ ਇਹਨਾਂ ਦੇ ਰਿਸ਼ਤੇਦਾਰ ਹੋਣਗੇ, ਕਿੱਦਾਂ ਦੇ ਇਹਨਾਂ ਦੇ ਘਰ 'ਚ ਕੋਈ ਵੀ ਨਹੀਂ ਹੈ ਯਾਰ, ਇਹਦਾ ਕੋਈ ਮੁੰਡਾ ਨਹੀਂ, ਕੋਈ ਕੁੜੀ ਨਹੀਂ, ਕੋਈ ਰਿਸ਼ਤੇਦਾਰਾਂ 'ਚ ਕੋਈ ਨਹੀਂ, ਵੀ ਤੂੰ ਕੋਈ ਸ਼ਰਮ ਹੀ ਕਰ ਲਾ। ਰਹੀ ਖੜਾ ਬਸੀ ਉੱਥੇ ਜੱਟ ਕੱਦੂ ਆਣ ਕੇ। ਜੱਟ ਨਹੀਂ ਆ ਤੂੰ, ਛੱਡ ਦੇ, ਜਿਹੜੇ ਜੱਟ ਆ ਨਾ ਇਹੋ ਜਿਹੇ ਕੰਮ ਨਹੀਂ ਕਰਦੇ, ਪਹਿਲੀ ਗੱਲ। ਅਤੇ ਜਿਹੜਾ ਤੂੰ ਕਹਿੰਦਾ ਨਾ ਵਿਆਮ ਕੱਢੂ ਆਣ ਕੇ, ਤੂੰ ਇੱਦਾਂ ਕਹਿ ਟਾਈਮ ਕੱਢ ਥੋੜ੍ਹਾ ਜਿਹਾ, ਅਤੇ ਨਲਕੇ 'ਚੋਂ ਮੈਂ ਕਹਿਣਾ ਪਾਣੀ ਕੱਢ, ਚਪਣੀ 'ਚ ਪਾ ਕੇ ਡੋਬ, ਨੱਕ ਡੋਬ ਕੇ ਮਰ ਜਾ। ਲੱਖ ਲਾਨਤ ਆ ਤੁਹਾਡੇ। ਆਹ ਵਾ ਆਪਣਾ ਪੰਜਾਬ ਦੇ ਵੇਖੋ ਲੋਕ ਜਿਹੜੇ ਆ ਸਿਆਣੇ ਪਿਆਣੇ, ਕੀ ਸਿੱਖਣਾ ਯਾਰ ਇੱਥੇ ਬੱਚਿਆਂ ਨੇ। 9ਵੀਂ 'ਚ ਪੜ੍ਹਦੀ ਕੁੜੀ ਨੇ ਸਲੂਨ 'ਚ ਲੱਗੇ ਮੁੰਡੇ ਨਾਲ ਕਰਵਾਇਆ ਸੀ ਵਿਆਹ, ਹਾਲੇ ਲਾਲ ਚੂੜੇ ਦਾ ਚਾਹ ਵੀ ਨਹੀਂ ਸੀ ਲੱਥੇ ਆ ਕੇ ਪਹਿਲਾਂ ਹੀ ਕਰ ਲਈ ਖੁਦਕੁਸ਼ੀ। ਆਹ ਹਾਲ ਹੋ ਚੁੱਕਿਆ ਵਾ ਆਪਣੇ ਪੰਜਾਬ ਦੀਆਂ ਜਿਹੜੀਆਂ ਧੀਆਂ ਨੇ, ਅਜੇ 9ਵੀਂ ਕਲਾਸ 'ਚ ਪੜ੍ਹਦੀ ਸਰਕਾਰੀ ਸਕੂਲ 'ਚ। 9ਵੀਂ ਕਲਾਸ 'ਚ ਕੁੜੀ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਉਮਰ ਹੁੰਦੀ ਹੈ, 9ਵੀਂ ਕਲਾਸ 'ਚ ਪੜ੍ਹਦੀ, ਪਿਆਰ ਹੋ ਗਿਆ,
ਇਹਨਾਂ ਨੂੰ ਪਿਆਰ ਵੀ ਬੜੀ ਛੇਤੀ ਹੋ ਜਾਂਦਾ ਨਾ, ਦੋਵਾਂ ਮਹੀਨਿਆਂ 'ਚ ਹੀ ਪਿਆਰ ਹੋ ਜਾਂਦਾ। ਅਤੇ ਜਿਹੜਾ ਮਤਲਬ 18 ਸਾਲ ਜਿਨ੍ਹਾਂ ਨੇ ਪਾਲਿਆ ਹੁੰਦਾ ਨਾ ਮਾਂ ਪਿਓ ਨੇ, ਉਹਨਾਂ ਦੀ ਇਹਨਾਂ ਨੂੰ ਇੱਕ ਵਾਰੀ ਸ਼ਰਮ ਨਹੀਂ ਆਉਂਦੀ ਵੀ ਤੈਨੂੰ 2 ਮਹੀਨੇ ਵਾਲਾ ਪਿਆਰ ਵਾਲਾ ਜਿਹੜਾ ਤੇਰੇ 18 ਸਾਲ ਜਿਨ੍ਹਾਂ ਨੇ ਤੈਨੂੰ ਪਾਲਿਆ ਉਹ ਤੋਂ ਵੱਧ ਤੈਨੂੰ ਇਹਦੇ ਨਾਲ ਪਿਆਰ ਹੋ ਗਿਆ, ਤੈਨੂੰ ਆਪਣੇ ਮਾਂ ਪਿਓ ਤੋਂ ਵੱਧ ਯਕੀਨ ਤੈਨੂੰ ਇਹਦੇ 2 ਮਹੀਨਿਆਂ 'ਚ ਹੋ ਗਿਆ। ਬਸ ਪਿਆਰ ਤੇ ਹੋਇਆ ਬਸ ਗੁੱਲੇ ਨਾਲ, ਪਿਆਰ ਤੇ ਲੁੱਲਦਾ ਆ ਅੱਜ ਕੱਲ੍ਹ, ਲੁੱਲ ਫੇਰਤਾ ਬਸ ਪਿਆਰ ਸੱਚਾ ਬਸ ਸਹੀ ਹੈ। ਮਾਂ ਪਿਓ ਨਹੀਂ ਲੱਭਣੇ ਬਾਅਦ ਚੋਂ, 18 ਸਾਲ ਜਿਹਨਾਂ ਨੇ ਪਾਲ ਕੇ ਪੜ੍ਹਾ ਲਿਖਾ ਕੇ ਵੱਡੀ ਕਰਿਆ, ਜਿਹਨਾਂ ਤੁਹਾਨੂੰ ਦੁਨੀਆ ਦਿਖਾਈ ਹੈ, ਪਿਓ ਮਿਹਨਤਾਂ ਕਰ ਰਿਹਾ ਭਾਵੇਂ ਦਿਹਾੜੀਆਂ ਲਾ ਰਿਹਾ ਭਾਵੇਂ ਉਹ ਪੱਲੇਦਾਰੀ ਕਰ ਰਿਹਾ ਭਾਵੇਂ ਆਟੋ ਚਲਾ ਰਿਹਾ ਭਾਵੇਂ ਕੋਈ ਵੀ ਕੰਮ ਕਰਕੇ ਪੜ੍ਹਾ ਲਿਖਾ ਕੇ ਵੱਡੀ ਕੀਤੀ ਹੈ, ਆਪ ਔਖੇ ਦਿਨ ਵੇਖ ਲਿਆ, ਆਪ ਇੱਕੋ ਪਜਾਮੇ 'ਚ ਇੱਕੋ ਬਣੈਣ ਦੇ ਵਿੱਚ ਟਾਈਮ ਕੱਢ ਲਿਆ ਪਿਓ ਨੇ, ਆਪ ਮਤਲਬ ਭੁੱਖੇ ਰਹਿ ਕੇ ਪਿਓ ਨੇ ਸਮਾਂ ਕੱਢ ਲਿਆ, ਧੀ ਪਾਲ ਕੇ ਪੜ੍ਹਾ ਲਿਖਾ ਕੇ ਖਰਚਾ ਕਰਕੇ ਵੱਡੀ ਕੀਤੀ ਹੈ, ਅਤੇ ਬਾਅਦ 'ਚੋਂ 2 ਮਹੀਨਿਆਂ ਦੇ ਪਿਆਰ ਦੇ ਚੱਕਰ 'ਚ ਮਾਂ ਪਿਓ ਦੇ ਬੁੰਡ ਦੇ ਲੱਤ ਮਾਰ ਕੇ ਭੱਜ ਵੀ ਗਈ ਹੈ। ਇਹ ਸਭ ਕਿਆ ਦੇਖਣਾ ਪੜ ਰਿਹਾ ਹੈ। ਹੁਣ ਇਹੋ ਹੀ ਹਰਕਤ ਵੇਖੋ, ਇਹ ਕੁੜੀ ਹੈ ਸਰਕਾਰੀ ਸਕੂਲ 9ਵੀਂ ਕਲਾਸ 'ਚ ਪੜ੍ਹਦੀ ਅਤੇ ਦੌੜ ਕੇ ਵਿਆਹ ਕਰਾ ਲਿਆ ਅਤੇ ਹੁਣ ਸੁਸਾਈਡ ਕਰ ਲਿਆ। ਤੇਰੇ ਵਰਗੀਆਂ ਕੁੜੀਆਂ ਨੂੰ ਵਾਕਈ ਮਰੀ ਜਾਣਾ ਚਾਹੀਦਾ, ਵੈਸੇ ਇਹੋ ਜਿਹੀ ਕੁੜੀ ਮਰੀ ਚੰਗੀ ਹੈ, ਇਹ ਹੁਣ ਮਰੀ ਹੈ ਇੰਨੀ ਵੱਡੀ ਹੋ ਕੇ ਲਵ ਮੈਰਿਜ ਕਰਕੇ ਹੁਣ ਮਰੀ ਹੈ, ਨੂੰ ਭੈਣ ਜੰਮਦੇ ਹੀ ਮਰ ਜਾਣਾ ਚਾਹੀਦਾ ਇਹੋ ਜਿਹੀ ਨੂੰ, ਇਹੋ ਜਿਹੀ ਧੀ ਨੂੰ ਕੀ ਕਰਨਾ ਜੰਮ ਕੇ ਯਾਰ, ਇਹੋ ਜਿਹੀ ਧੀ ਨੂੰ ਕਾਹਦੇ ਲਈ ਪਾਲਿਆ ਪੋਸਿਆ, ਜਦੋਂ ਇਹ ਦਿਨ ਦਿਖਾਉਣਾ ਸੀ ਮਾਂ ਪਿਓ ਤਾਂ ਕੀ ਬੀਤੀ ਹੋਏਗੀ। ਬੇਟੀ ਬਚਾਓ ਬੇਟੀ ਪੜ੍ਹਾਓ, ਹੈ ਵਾ ਜੀ ਉਹ ਮਾਲਕਾ, ਮੈਂ ਤਾਂ ਇਹੋ ਹੀ ਬੇਨਤੀ ਕਰਦਾ, ਮੈਨੂੰ ਨਹੀਂ ਧੀ ਚਾਹੀਦੀ, ਇਹ ਮੈਂ ਸੱਚਾਈ ਅੱਜ ਬੋਲਦਾ, ਮੈਨੂੰ ਧੀ ਨਹੀਂ ਚਾਹੀਦੀ ਨਾ ਸਾਰਿਆਂ ਵਾਸਤੇ। ਹੁਣ ਕਈਆਂ ਦੇ ਵਿੱਚ ਇਹ ਵੀ ਕਹਿਣਾ ਵੀ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਹੈ ਨਾ, ਜੋ ਮੈਂ ਇੱਥੇ ਹਾਲਾਤ ਵੇਖ ਰਿਹਾ ਜਿਹੜੇ ਮਾਂ ਪਿਓ ਗਰੀਬੀ 'ਚ ਰਹਿ ਕੇ ਆਪਣੇ ਬੱਚਿਆਂ ਨੂੰ ਆਪਣੀਆਂ ਧੀਆਂ ਨੂੰ ਪਾਲਦੇ ਆ, ਜਦੋਂ ਇਹੋ ਜਿਹੀਆਂ ਹਰਕਤਾਂ ਕਰ ਜਾਂਦੀਆਂ, ਆਪਣੇ ਪਿਓ ਬਾਰੇ ਨਹੀਂ ਸੋਚਦੀਆਂ, ਆਪਣੀ ਮਾਂ ਬਾਰੇ ਨਹੀਂ ਸੋਚਦੀਆਂ, ਤਾਂ ਆਪਾਂ ਕਿੱਦਾਂ ਯਕੀਨ ਕਰੀਏ, ਕਿਹੜੀ ਕਮੀ ਰਹਿ ਜਾਂਦੀ ਆਖਰ ਆਪਣੇ ਮਤਲਬ ਧੀ ਨੂੰ ਪਾਲਣ 'ਚ, ਕਿਹੜੀ ਕਮੀ ਇਹੋ ਜਿਹੀ ਰਹਿ ਜਾਂਦੀ ਆ ਮਾਂ ਪਿਓ ਪਿਓ ਕੋਲੋਂ, ਆਪਣੇ ਪੇਰੈਂਟਸ ਕੋਲੋਂ ਕਿਹੜੀ ਇਹੋ ਜਿਹੀ ਕਮੀ ਰਹਿ ਜਾਂਦੀ ਹੈ ਜਿਹਦੇ ਕਰਕੇ ਆਹ ਸਜ਼ਾ ਮਤਲਬ ਮਿਲਦੀ ਹੈ ਮਾਂ ਪਿਓ ਨੂੰ, ਵੀ ਤੁਹਾਨੂੰ ਔਖੇ ਸੌਖੇ ਹੋ ਕੇ ਤੁਹਾਨੂੰ ਪੜ੍ਹਾਇਆ ਲਿਖਾਇਆ ਉਹਦੀ ਸਜ਼ਾ ਤੁਸੀਂ ਦੇ ਰਹੀਆਂ ਜੀ। ਨਫ਼ਰਤ ਜੀ ਹੋ ਗਈ ਹੈ ਯਾਰ, ਸੱਚਾਈ ਆ ਨਫ਼ਰਤ ਹੋ ਗਈ ਆ, ਨਹੀਂ ਚਾਹੀਦੀ। ਇਹ ਪਰਮਾਤਮਾ ਅੱਜ ਮੈਂ ਸਾਰਿਆਂ ਸਾਹਮਣੇ ਇਹ ਗੱਲ ਕਰ ਰਿਹਾ ਕਿ ਧੀ ਦੇਣ ਨਾਲੋਂ ਨਾ ਮੈਨੂੰ ਬੇ ਔਲਾਦ ਹੀ ਰਹਿਣ ਦੀ, ਮੈਨੂੰ ਧੀ ਨਹੀਂ ਚਾਹੀਦੀ ਨਾ। ਜੇ ਮੈਂ ਕਹਿ ਰਿਹਾ ਤਾਂ ਸੋਚੋ ਵੀ ਇਹ ਕਿੰਨੇ ਜਾਣਿਆਂ ਦੀ ਇਹੋ ਜਿਹੀ ਸੋਚ ਹੋਏਗੀ, ਆਪਾਂ ਨੂੰ ਨਹੀਂ ਚਾਹੀਦੀ, ਆਪਾਂ ਅੱਧਾ ਹੀ ਠੀਕ ਹੈ, ਬਿਨਾਂ ਔਲਾਦ ਤੋਂ ਚੰਗੇ ਹਾਂ, ਪਰ ਇਹੋ ਜਿਹਾ 18-20 ਸਾਲ ਮਤਲਬ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਤੋਂ ਬਾਅਦ ਆਪਣੀ ਧੀ ਪਾਲਣੀ, ਉਹ ਤੋਂ ਬਾਅਦ ਜਦੋਂ ਇਹੋ ਜਿਹਾ ਕਲੰਕ ਮੱਥੇ ਲੱਗਣਾ, ਬਾਅਦ 'ਚੋਂ ਪਤਾ ਲੱਗਦਾ ਰਕਸ਼ੇ ਵਾਲੇ ਨਾਲ ਦੌੜ ਗਈ, ਕੋਈ ਉਹ ਲੇਬਰ ਦਾ ਕੰਮ ਕਰਦਾ ਉਹਦੇ ਨਾਲ ਦੌੜ ਗਈ, ਮਤਲਬ ਇੰਨੀ ਵੀ ਸ਼ਰਮ ਨਹੀਂ ਆਉਂਦੀ ਵੀ ਜੇ ਤੂੰ ਜਾਣਾ ਹੀ ਕਿਸੇ ਨਾਲ, ਤੂੰ ਜੇ ਖੇਹ ਖਾਣੀ ਹੈ ਕਿ ਚੱਜ ਦੇ ਮੁੰਡੇ ਨਾਲ ਚੱਲ ਜਾ, ਕਿ ਚੰਗੇ ਜਿਹੇ ਮੁੰਡੇ ਨਾਲ ਜਾ ਜਿਹੜਾ ਤੈਨੂੰ ਕੱਲ੍ਹ ਨੂੰ ਤੇਰਾ ਫਿਊਚਰ ਵੀ ਤੇਰਾ ਕਿਤੇ ਬਣ ਜੇ, ਜਾ ਕੇ ਕੱਲ੍ਹ ਨੂੰ ਮਾਂ ਪਿਓ ਨੂੰ ਵੀ ਇੰਨੀ ਖੁਸ਼ੀ ਹੋਈ ਵੀ ਚੱਲ ਕੋਈ ਗੱਲ ਨਹੀਂ ਮੁੰਡਾ ਵੈਲ ਸੈਟਲਡ ਸੀ ਜਿਹਦੇ ਨਾਲ ਗਈ ਆ, ਚੱਲ ਕੋਈ ਗੱਲ ਨਹੀਂ ਮੁੰਡਾ ਚੰਗਾ ਨੌਕਰੀ ਕੰਮ ਕਰਦਾ ਆ, ਪੈਸੇ ਕਮਾਉਂਦਾ ਆ, ਆਪਣਾ ਘਰ ਬਾਹਰ ਹੈ, ਅੱਛਾ ਦੌੜਨਗੀਆਂ ਵੀ ਉਹਦੇ ਨਾਲ, ਜਿਹੜਾ ਆਪ ਹੀ ਸਾਲਾ ਨੱਲਾ, ਜਿਹੜਾ ਆਪ ਹੀ ਭੁੱਖਾ, ਜਿਹੜਾ ਆਪ ਹੀ ਸਾਲਾ ਨਿਕੰਮਾ ਵਾ, ਉਹਦੇ ਨਾਲ ਦੌੜ ਜਾਣਗੀਆਂ, ਜਿਹਦੇ ਪੱਲੇ ਹੀ ਕੁਛ ਨਹੀਂ, ਸਾਲਾ ਲੁੱਲ ਦੇ ਚੱਕਰ 'ਚ ਹੀ ਦੌੜ ਗਈਆਂ।
ਇੰਨਾ ਭੈਣ ਚੋਂ ਦਿਮਾਗ ਖਰਾਬ ਹੋਏਗਾ, ਹਫਸ਼ੀ ਇੰਨੀ ਹੋ ਗਈ ਦੀ ਹੈ, ਇੰਨਾ ਕੁ ਜ਼ਿਆਦਾ ਭੈਣ ਦਾ ਯਾਰ ਇਹਨਾਂ ਨੂੰ ਹਫਸ਼ ਦਾ ਨਸ਼ਾ ਹੋਏਗਾ ਵੀ ਦੁਨੀਆਦਾਰੀ ਭੁੱਲ ਗਈ, ਮਾਂ ਪਿਓ ਵੀ ਭੁੱਲ ਗਏ, ਇਹੋ ਜਿਹੀ ਧੀ ਨੂੰ ਫੂਕਣਾ ਭੈਣ ਚੋਦ, ਲੱਖ ਲਾਣਤ ਤਾਂ ਯਾਰ ਇਹੋ ਜਿਹੀਆਂ ਧੀਆਂ 'ਤੇ। ਬੇ ਔਲਾਦ ਚੰਗੇ ਇਹੋ ਜਿਹੇ ਮਾਂ ਪਿਓ ਇਹ ਵੀ ਸੋਚਦੇ ਹੋਣਗੇ, ਜਿਹਨਾਂ ਨੇ ਇਹ ਬੀਤਦੀ ਹੈ ਨਾ, ਉਹ ਮਾਂ ਪਿਓ ਬਾਅਦ 'ਚੋਂ 18 ਸਾਲ ਬਾਅਦ ਇਹ ਸੋਚਦੇ ਵੀ ਆਪਾਂ ਬੇ ਔਲਾਦ ਚੰਗੇ ਜੀ, ਇਹੋ ਜਿਹੀ ਧੀ ਨਾਲ ਜੇ ਇਹੋ ਜਿਹਾ ਕਲੰਕ ਮੱਥੇ ਲਾਉਣਾ। ਉਹ ਭੈਣ ਚੋ ਕਿ ਚੰਗੇ ਜੇ ਬੰਦੇ ਨਾਲ ਦੌੜੋ ਜੇ ਦੌੜਨਾ ਵੀ ਹੈ। ਸਾਲਾ ਜਿਹੜਾ ਆਪ ਕੁਛ ਨਹੀਂ ਕਰ ਸਕਦਾ, ਜਿਹੜਾ ਆਪ ਮਾਂ ਪਿਓ ਦੇ ਟੁਕੜਿਆਂ 'ਤੇ ਪਲਣ ਡਿਆ, ਉਹਦੇ ਨਾਲ ਦੌੜ ਜਾਣਗੀਆਂ। ਵਾਹ ਵਾਹ, ਲੱਖ ਲਣ ਤਾਂ ਭੈਣ ਦੀ ਲੰਨ ਤੁਹਾਡੀ ਇਹੋ ਜਿਹੀਆਂ ਕੁੜੀਆਂ ਦੀ, ਭੈਣ ਚੋ ਨੱਕ ਡੋਬ ਕੇ ਮਰ ਜਾਓ ਕਿਤੇ, ਤੁਹਾਡੇ ਵਾਲੀਆਂ ਧੀਆਂ ਜੰਮੀਆਂ ਨਾਲੋਂ ਤੇ ਭੈਣ ਚੋ ਬੰਦਾ ਬੇਲ ਆਦ ਚੰਗਾ। ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ। ਦੇਖੋ ਉਮਰ ਵੇਖੋ ਤੁਸੀਂ ਇਹਦੀ, ਤੇ ਬੱਸਾਂ 'ਚ ਤਾਂ ਸਿਰ ਚਕਰਾਉਂਦਾ, ਕਾਰ ਮਰੂਤੀ ਚਾਹੀਦੀ ਇਹਨੂੰ। ਇਹਦੀ ਮੈਂ ਨਾ ਕੱਲ੍ਹ ਵੀ ਇੱਕ ਵੀਡੀਓ ਬਣਾਈ ਇੰਸਟਾਗ੍ਰਾਮ 'ਤੇ ਪਾਈ, ਅਤੇ ਇਹਨੂੰ ਮੈਂ ਮੈਨਸ਼ਨ ਵੀ ਕੀਤੀ, ਅਤੇ ਮੈਨੂੰ ਤਾਂ ਬਲੌਕ ਕਰ ਹੀ ਦਿੱਤਾ ਵਾ, ਨਾਲ ਅਕਾਊਂਟ ਵੀ ਪ੍ਰਾਈਵੇਟ ਕਰ ਲਿਆ। ਬੱਸਾਂ ਵਿੱਚ ਸਿਰ ਚਕਰਾਉਂਦਾ ਲੈ ਦੇ ਕਾਰ ਮਰੂਤੀ, ਹੁਣ ਤੋਂ ਹੀ ਕਾਰ ਦੀ ਤਿਆਰੀ ਹੋਣ ਡੀ ਹੈ। ਇਹ ਗਾਣਿਆਂ ਦੇ ਵਿੱਚ ਇਕੱਲਾ ਆ ਨਾ, ਸੋਚੋ ਵੀ ਲਿਪਸਿੰਗ ਹੀ ਚੱਲਣ ਡੀ ਆ, ਬਸ ਗਾਣਾ ਹੀ ਹੈ ਨਾ, ਇਹ ਹੁਣ ਤੋਂ ਹੀ ਡਿਮਾਂਡ, ਹੁਣ ਤੋਂ ਹੀ ਚੱਲੂਗਾ ਕੰਮ। ਅੱਗੇ ਜਾ ਕੇ ਗੱਡੀ ਚਾਹੀਦੀ ਹੈ, ਅਤੇ ਗੱਡੀ ਕਿੱਦਾਂ ਮਿਲਣੀ ਹੈ ਉਹ ਇੱਥੋਂ ਸੋਸ਼ਲ ਮੀਡੀਆ ਤੋਂ ਸਿੱਖ ਲੈਂਦੀਆਂ ਹੌਲੀ ਹੌਲੀ। ਮੈਂ ਤਾਂ ਸਲਿਊਟ ਕਰਦਾ ਇਹੋ ਜਿਹੇ ਇਹਦੇ ਮਾਂ ਪਿਓ ਨੂੰ ਵੀ ਤੁਸੀਂ ਚੰਗਾ ਚੰਗਾ ਤਿਆਰ ਕਰ ਰਹੇ ਹੋ ਆਪਣੀਆਂ ਕੁੜੀਆਂ ਨੂੰ, ਚੰਗਾ ਤੁਸੀਂ ਬਿਜ਼ਨਸ ਬਣਾਇਆ ਦਾ। ਮੈਂ ਵੀਡੀਓ ਸ਼ੇਅਰ ਕੀਤੀ ਪਰ ਇਹਨੇ ਵੇਖ ਕੇ ਮੈਨੂੰ ਬਲੌਕ ਵੀ ਕਰਤਾ, ਪ੍ਰਾਈਵੇਟ ਕਰ ਲਿਆ ਆਪਣਾ ਅਕਾਊਂਟ ਵੀ ਮੇਰੇ ਮਾਂ ਪਿਓ ਤੱਕ ਨਾ ਚੱਲ ਜੇ। ਅਤੇ ਮਾਂ ਪਿਓ ਤੱਕ ਜੇ ਵੀਡੀਓ ਮੇਰੀ ਚੱਲ ਵੀ ਗਈ ਹੋਏਗੀ ਨਾ, ਸ਼ਰਮ ਫੇਰ ਨਹੀਂ ਆਈ ਹੋਣੀ। ਮਾਂ ਪਿਓ ਵੀ ਨਾਲ ਨੱਚ ਰਹੇ ਨੇ, ਵੀਡੀਓ ਬਣਾ ਰਹੇ ਨੇ ਸੋਸ਼ਲ ਮੀਡੀਆ 'ਤੇ, ਇੰਸਟਾਗ੍ਰਾਮ 'ਤੇ, ਉਹ ਵੀ ਨਾਲ ਲੱਗੇ ਦਿੰਦੇ ਨੇ। ਜਦੋਂ ਮਾਂ ਪਿਓ ਵੀ ਕੰਜਰ ਹੋਣਗੇ, ਨੱਚਣਗੇ ਨੱਚਣ ਡੇ ਹੋਣਗੇ, ਅਤੇ ਧੀਆਂ ਨੇ ਕਿੱਥੋਂ ਹਟਣਾ, ਬੱਚਿਆਂ ਨੇ ਕਿੱਥੋਂ ਮੁੜਨਾ। ਬੇਟੀ ਨਚਾਓ ਪੈਸਾ ਕਮਾਓ, ਕੀ ਹੈ ਯਾਰ, ਮਾਂ ਚੰਗਾ ਧੰਦਾ ਬਣਾਇਆ ਦਾ ਹੈ, ਮਾਂ ਪਿਓ ਨੇ ਤਾਂ ਬਿਜ਼ਨਸ ਬਣਾ ਲਿਆ, ਉਹ ਤਿਆਰ ਕਰ ਰਹੇ ਨੇ ਅੱਗੇ, ਮਤਲਬ ਪੱਲ ਨੂੰ ਪੈਸਾ ਇਕੱਠਾ ਕਰਨਾ ਨਾ, ਕਿੱਦਾਂ ਕਰਨਾ। ਅੱਜ ਛੋਟੀਆਂ ਛੋਟੀਆਂ ਕੁੜੀਆਂ, ਮਾਂ ਪਿਓ ਨੂੰ ਪਤਾ ਵੀ ਹੈ ਕਿ ਵੀਡੀਓ ਬਣਾ ਰਹੀ ਹੈ, ਵੀਡੀਓ ਵੇਖ ਵੀ ਰਹੇ ਹੈ, ਕਮੈਂਟਾਂ ਦੇ ਵਿੱਚ 30-30 ਸਾਲ ਦੇ, 35-35, 40-40 ਸਾਲ ਦੇ ਮੁੰਡੇ ਨਹੀਂ ਕਹਾਂਗਾ ਉਹਨਾਂ ਨੂੰ ਬੰਦੇ, ਜਿਹੜੇ ਇਹਨਾਂ ਦੇ ਇਹੋ ਜਿਹੀਆਂ ਛੋਟੀਆਂ ਛੋਟੀਆਂ ਕੁੜੀਆਂ ਨੂੰ ਇਮੋਜੀ ਭੇਜ ਰਹੇ ਆ, ਦਿਲ ਅੱਗ ਕਿੱਸਾਂ ਭੇਜ ਰਹੇ, ਲਵ ਯੂ, ਮਤਲਬ ਕਿੱਦਾਂ ਦੀ ਸੋਚ ਹੋ ਚੁੱਕੀ ਹੈ ਨਾ ਲੋਕਾਂ ਦੀ, ਕਿੱਦਾਂ ਦੀ ਸੋਚ ਹੋ ਗਈ ਹੈ ਬੰਦਿਆਂ ਦੀ, ਮੁੰਡਿਆਂ ਦੀ। ਮਤਲਬ ਜਦੋਂ ਤੁਸੀਂ ਦਿਖਾ ਹੀ ਇਹੋ ਜਿਹੀਆਂ ਚੀਜ਼ਾਂ ਰਹੇ ਹੋ, ਜਦੋਂ ਕੁੜੀਆਂ ਦਿਖਾ ਹੀ ਇਹੋ ਜਿਹੀਆਂ ਚੀਜ਼ਾਂ ਰਹੀਆਂ ਕਿ ਆਓ ਮੈਨੂੰ ਮਤਲਬ ਇਹ ਚੀਜ਼ਾਂ ਭੇਜੋ, ਜਦੋਂ ਕੁੜੀ ਖੁਦ ਕਹਿ ਰਹੀ ਹੈ ਵੀ ਆਓ ਮੈਨੂੰ ਇਹ ਚੀਜ਼ਾਂ ਕਰੋ, ਤਾਂ ਫਿਰ ਮਤਲਬ ਹੁਣ ਮੁੰਡਿਆਂ ਦਾ ਇਕੱਲਾ ਕਸੂਰ ਨਹੀਂ ਨਾ, ਆਪਾਂ ਇਕੱਲਾ ਮੁੰਡਿਆਂ ਦਾ ਤਾਂ ਨਹੀਂ ਨਾ ਕਸੂਰ ਕੱਢ ਸਕਦੇ, ਪਰ ਫਿਰ ਵੀ ਜਦੋਂ ਕਾਂਡ ਹੋ ਗਿਆ ਫਿਰ ਕਸੂਰ ਸਾਰਾ ਮੁੰਡਿਆਂ ਦਾ, ਉਹ ਤੋਂ ਪਹਿਲਾਂ ਕੋਈ ਕਸੂਰ ਨਹੀਂ ਕੁੜੀ ਦਾ, ਕਸੂਰ ਕੁੜੀ ਦਾ ਤਾਂ ਬਿਲਕੁਲ ਨਹੀਂ ਹੈ, ਕਸੂਰ ਹੀ ਸਾਰਾ ਮੁੰਡੇ ਦਾ। ਜਦੋਂ ਕਾਂਡ ਹੋ ਗਿਆ ਫਿਰ ਬਾਅਦ ਚੋਂ ਮਜ਼ਾ ਤਾਂ ਉਦੋਂ ਆਉਣਾ ਮਾਂ ਪਿਓ ਨੂੰ, ਪਤਾ ਲੱਗ ਜਾਣਾ ਨਾ ਵੀ ਹੁਣ ਮੁੰਡਾ ਤਾਂ ਚੱਲ ਹੁਣ ਫਸ ਗਿਆ, ਕਾਂਡ ਤਾਂ ਕਰ ਗਿਆ, ਹੁਣ ਉਹਨੇ ਕਹਿਣਾ ਵੀ ਹੁਣ ਇੰਨੀ ਬੋਲੀ ਲੱਗਣੀ ਹੈ, ਇੰਨੇ ਪੈਸੇ ਲੱਗਣੇ ਹੀ, ਹੁਣ ਇੰਨੇ ਪੈਸੇ ਲੱਗਣੇ, ਤੇਰੀ ਤਾਂ ਜਾਨ ਛਡਾਉਣੀ ਹੈ। ਇਹ ਹਾਲ ਹੈ, ਇਹ ਬਿਜ਼ਨਸ, ਇਹ ਧੰਦਾ ਬਣਾ ਲਿਆ ਜਿਹੜੇ ਇੱਥੇ ਸੋਸ਼ਲ ਮੀਡੀਆ 'ਤੇ ਕੁਛ ਮਾਂ ਪਿਓ ਜਿਹੜੇ ਆਪਣੀਆਂ ਕੁੜੀਆਂ ਨੂੰ ਗਾਂਹ ਕੀਤਾ ਦਾ, ਜਿਹਨਾਂ ਨੇ ਕੋਈ ਸ਼ਰਮ ਨਹੀਂ ਆਉਂਦੀ।
ਉਹ ਤੁਹਾਡਾ ਕਾਨੂੰਨ ਸਲਿਊਟ ਹੈ ਸਾਰਾ ਕੁੜੀਆਂ ਦੇ ਹੱਕ 'ਚ। ਭਾਵੇਂ ਕੁੜੀ ਦਾ ਕਸੂਰ ਹੈ 100%, ਜੇ ਕੁੜੀ ਦਾ ਕਸੂਰ ਆ ਫਿਰ ਵੀ ਕਸੂਰ ਮੁੰਡੇ ਨਾਲ ਨਿਕਲਣਾ 100%, ਵੀ ਨਾ ਕੁੜੀ ਗਲਤ, ਬਿਲਕੁਲ ਕੁੜੀ ਗਲਤ ਨਹੀਂ ਹੈ, ਤੂੰ ਗਲਤ ਹੈ। ਇਹ ਬੜੀ ਅੱਛੀ ਬਾਤ ਕਹੀ ਆ। ਅਤੇ ਜੇ ਵੱਡੀਆਂ ਦੀ ਗੱਲ ਕਰੀਏ, ਉਹਨਾਂ ਨੇ ਤਾਂ ਰੌਣਕਾਂ ਲਾਈ ਦੀਆਂ ਕੋਰਟਾਂ ਕਚਹਿਰੀਆਂ 'ਚ, ਝੂਠੇ ਕੇਸ 90-95% ਝੂਠੇ ਹੀ ਕੇਸ ਬੰਦਿਆਂ ਨੂੰ ਫਸਾਇਆ ਦਾ, ਇੰਨੇ ਪੈਸੇ ਲੱਗਣਗੇ, ਇੰਨਾ 1,00,000 ਦੇ ਤੇ ਚੱਲ ਛੱਡ ਦਾਂਗੇ, 1,00,000 ਦੇ ਤੇ ਜਾਣ ਛੱਡਾ ਲਾ। ਇਹ ਹਾਲ ਹੋ ਚੁੱਕਿਆ ਦੇਸ਼ ਆਪਣੇ ਸਮਾਜ ਦਾ, ਇਹ ਆਪਣੇ ਮਾਂ ਪਿਓ ਨੇ ਕੁੜੀਆਂ ਦੇ, ਧੀਆਂ ਦੇ, ਜਿਹਨਾਂ ਨੇ ਆਪਣੀਆਂ ਧੀਆਂ ਨੂੰ ਮਤਲਬ ਵੀ ਅੱਗੇ ਕੀਤਾ ਦਾ ਵੀ ਤੂੰ ਛੱਡ ਪੜ੍ਹਾਈ ਲਿਖਾਈ, ਤੂੰ ਬਸ ਇੱਥੇ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ, ਪੈਸਾ ਕਮਾਉਂਦੇ ਹੈ, ਕੱਲ੍ਹ ਨੂੰ ਤੂੰ ਲਿਆ ਕੋਈ ਰਗੜਨਿਆਂ ਨੂੰ ਫਸਾ ਉਹਨੂੰ ਆਪਣੇ ਜਾਲ 'ਚ। ਇਹ ਤਾਂ ਆਪਣੇ ਮਾਂ ਪਿਓ ਟ੍ਰੇਨਿੰਗ ਦੇ ਰਿਹਾ ਬੱਚਿਆਂ ਨੂੰ। ਲੱਖ ਲਾਣਤ ਇਹੋ ਜਿਹੇ ਮਾਂ ਪਿਓ 'ਤੇ ਯਾਰ, ਜਿਹਨਾਂ ਨੇ ਸਾਰਾ ਗੰਦ ਪਾਇਆ ਦਾ ਸੋਸ਼ਲ ਮੀਡੀਆ 'ਤੇ, ਆਪਣੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਵੇਖੋ ਨਚਾਰ ਬਣਾਇਆ ਦਾ, ਕੋਈ ਮਤਲਬ ਨਹੀਂ ਪੜ੍ਹਾਈ ਲਿਖਾਈ ਨਾਲ, ਕੋਈ ਲੈਣਾ ਦੇਣਾ ਨਹੀਂ ਵੀ ਤੂੰ ਪੜ੍ਹ ਲਿਖ ਕੇ ਕੋਈ ਅਫਸਰ ਬਣ ਜਾ ਨਾ, ਕੀ ਮਤਲਬ ਹੈ ਪੜ੍ਹ ਲਿਖ ਕੇ ਵੀ ਤਾਂ ਮਤਲਬ ਕੱਲ੍ਹ ਨੂੰ ਨੌਕਰੀ ਕਰਨੀ ਹੈ, ਅਤੇ ਸਿੱਧਾ ਹੀ ਇੱਥੇ ਸੋਸ਼ਲ ਮੀਡੀਆ 'ਤੇ ਤੂੰ ਨੱਚ ਫੇਮਸ ਹੋ, ਪੈਸਾ ਹੀ ਪੈਸਾ, ਇਹ ਤਾਂ ਧੰਦਾ ਬਣਾਇਆ ਦਾ ਮਾਂ ਪਿਓ ਨੇ। ਇਹ ਆਪਣਾ ਸਮਾਜ, ਇਹ ਆਪਣੇ ਮਾਂ ਪਿਓ ਅੱਜ ਦੀਆਂ ਧੀਆਂ ਦੀ, ਲੱਖ ਲਾਣਤ ਹੈ ਭੈਣ, ਸਾਡੀ ਗੱਲ ਨਹੀਂ ਸੁਣਦੇ। ਬਾਕੀ ਇਹੋ ਹੀ ਅੱਜ ਦੀ ਮੇਰੀ ਵੀਡੀਓ ਹੀ, ਜੇ ਤੁਸੀਂ ਚਾਹੁੰਦੇ ਹੋ ਵੀ ਇਹੋ ਜਿਹੀਆਂ ਮੈਂ ਵੀਡੀਓ ਲਿਆਉਂਦਾ ਰਹਾਂ ਤੁਹਾਡੇ ਅੱਗੇ, ਅਤੇ ਜਿਹੜੇ ਮੇਰੇ ਭਰਾ ਮੇਰੀ ਸਪੋਰਟ ਕਰਦੇ ਆ ਉਹਨਾਂ ਦਾ ਤਾਂ ਦਿਲ ਤੋਂ ਧੰਨਵਾਦ। ਬਾਕੀ ਕਮੈਂਟਾਂ ਦੇ ਵਿੱਚ ਲਿਖਣ ਨਾਲ ਨਹੀਂ ਸਪੋਰਟ ਹੁੰਦੀ, ਜਿੱਦਾਂ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ 'ਤੇ ਜਿਹੜੇ ਆਪਣੇ ਲਿਖਦੇ ਨਾ ਕਮੈਂਟਾਂ 'ਚ, ਫੁੱਲ ਸਪੋਰਟ ਭਾਜੀ, ਜਿਹੜਾ ਉੱਥੇ ਦੁਬਈ ਬੈਠਾ, ਜਿਹੜਾ ਅੰਮ੍ਰਿਤਸਰ ਬੈਠਾ, ਜਾਂ ਦੂਰ ਦੂਰ ਜਿਹੜੇ ਬੈਠੇ ਆ, ਚੰਡੀਗੜ੍ਹ ਬੈਠੇ, ਮੈਂ ਤਾਂ ਗੁਰਦਾਸਪੁਰ ਬੈਠਾ, ਪਤਾ ਕਿਤੋਂ ਕਿਤੋਂ ਦੂਰੋਂ, ਫੁੱਲ ਸਪੋਰਟ, ਫੁੱਲ ਸਪੋਰਟ ਉਹ ਨਹੀਂ ਹੁੰਦੀ, ਸਪੋਰਟ ਉਹ ਹੁੰਦੀ ਹੈ ਜਿਹੜਾ ਕਿਸੇ ਦੇ ਹੱਕ ਦੇ ਵਿੱਚ ਬੋਲਦਾ, ਜਦੋਂ ਕੋਈ ਗੱਲ ਆਈ ਆਪਣੇ 'ਤੇ ਤਾਂ ਫਿਰ ਅੱਗੋਂ ਬੋਲਣ, ਸਪੋਰਟ 'ਚ ਖੜ ਜਾਣ, ਵੀਡੀਓ ਪਾਉਣ, ਸਪੋਰਟ ਦੇ ਵਿੱਚ ਅੱਗੇ ਆਉਣ, ਉਹ ਹੁੰਦੀ ਆ ਸਪੋਰਟ। ਉਹ ਤੋਂ ਪਤਾ ਲੱਗਦਾ ਵੀ ਤੁਸੀਂ ਭਰਾ ਹੋ ਪੱਕੇ ਦਿਲੋਂ, ਉਹ ਹੁੰਦੀ ਹੈ ਸਪੋਰਟ, ਉਹਨੂੰ ਕਹਿੰਦੇ ਆ ਸਪੋਰਟ। ਕਮੈਂਟਾਂ ਦੇ ਵਿੱਚ ਲਿਖਣਾ ਨਹੀਂ ਹੁੰਦਾ ਵੀ ਫੁੱਲ ਸਪੋਰਟ, ਸਪੋਰਟ ਹੈ ਜਿਹੜੀ ਕਿਸੇ ਦੇ ਪਿੱਛੇ ਖੜ੍ਹੇ ਹੋ ਕੇ ਬੋਲਣਾ, ਵੀਡੀਓ ਬਣਾ ਕੇ ਬੋਲੋ ਨਾ, ਉਹ ਹੁੰਦੀ ਹੈ ਸਪੋਰਟ। ਜੇ ਸਪੋਰਟ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਵੀਡੀਓ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਬਾਕੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਇਹੋ ਜਿਹੀ ਵੀਡੀਓ ਚਾਹੁੰਦੇ ਹੋ, ਮੈਂ ਲਿਆਉਂਦਾ ਰਹਾਂ ਤੁਹਾਡੇ ਅੱਗੇ। ਅਤੇ ਬਾਕੀ ਯਾਰ ਮੇਰਾ ਤਾਂ ਬਾਈ ਪਾਰਾ ਬਹੁਤ ਹਾਈ ਹੋ ਗਿਆ ਵਾ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀਆਂ ਚੀਜ਼ਾਂ, ਬਾਕੀ ਕਰਨਾ ਤਾਂ ਕਰ ਦਿਓ ਯਾਰ, ਕੋਈ ਗੱਲ ਨਹੀਂ ਬਾਈ, ਮੈਂ ਕਹਿ ਕਹਿ ਕੇ ਥੱਕ ਗਿਆ, ਬਾਕੀ ਮਿਹਰਬਾਨੀ ਯਾਰ, ਥੈਂਕ ਯੂ ਯਾਰ, ਧੰਨਵਾਦ।